ਚੌਥੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ ਚੂਨਾ ਮੰਡੀ ਲਾਹੌਰ ਵਿਖੇ ਪਿਤਾ ਹਰਦਾਸ ਮਾਇਆ ਮਾਤਾ ਤਹਿ ਕੌਰ ਦੀ ਕੁੱਖ ਨੂੰ ਸ਼ਹਿਨਸ਼ਾਹ ਭਾਗ ਲਾ ਕੇ 24 ਸਤੰਬਰ 1534 ਈਸਵੀ ਨੂੰ ਚੂਨਾ ਮੰਡੀ ਲਾਹੌਰ ਵਿਖੇ ਉਹਨਾਂ ਦਾ ਪ੍ਰਕਾਸ਼ ਹੋਇਆ। ਪਲੇਠੇ ਦਾ ਹੋਣ ਕਰਕੇ ਉਹਦਾ ਨਾਮ ਜੇਠਾ ਪ੍ਰਸਿੱਧ ਹੋਇਆ। ਮਾਤਾ ਦਇਆ ਕੌਰ ਜੀ ਨੂੰ ਪਿਤਾ ਹਰਦਾਸ ਜੀ ਨੂੰ ਆ ਕੇ ਵਧਾਈਆਂ ਦੇ ਰਿਹਾ। ਜੇਠਾ 5 ਕੁਵਰਿਆਂ ਦਾ ਹੋਇਆ ਤੇ ਪਿਤਾ ਚੜ੍ਹਾਈ ਕਰ ਗਿਆ, 7 ਕੁਵਰਾਂ ਦਾ ਤੇ ਮਾਂ ਵੀ ਚੜ੍ਹਾਈ ਕਰ ਗਈ। ਯਤੀਮ ਦੀ ਕਾਹਦੀ ਜ਼ਿੰਦਗੀ ਹੁੰਦੀ ਹੈ। ਜੇਠੇ ਨਾਲ ਲੋਕ ਘਿਰਨਾ ਕਰਨ ਲੱਗ ਪਏ। ਕੋਈ ਰੱਬ ਦਾ ਪਿਆਰਾ ਪੁਰਸ਼ ਬਖਸ਼ਿਆ ਹੋਵੇਗਾ ਜਿਹੜਾ ਦੂਜੇ ਦੇ ਪੁੱਤਰ ਨੂੰ ਆਪਣੇ ਪਤਵਾਰਾ ਮੰਨ ਦੇਵੇ। ਭਾਈ ਗੁਰਦਾਸ ਜੀ ਇਸਤਰੀ ਮੋਹ ਦੇ ਜਗਤ ਤੱਕ ਬੜਾ ਸੁੰਦਰ ਪ੍ਰਮਾਣ ਦਿੰਦੇ ਆਪਣੀ ਬਾਣੀ ਵਿੱਚ। ਆਂਗਣ ਪੁੱਤ ਗਵਾਂਢਣੀ, ਆਂਗਣ ਕਿਹਾ ਗਿਆ ਵਿਹੜੇ ਨੂੰ, ਵਿਹੜੇ ਦੇ ਵਿੱਚ ਦੂਜੇ ਦਾ ਪੁੱਤ ਖੇਡਦਾ ਹੋਇਆ ਆ ਕੇ ਤੇ ਉਹਦੇ ਬਾਰੇ ਨਿਸ਼ਚਾ ਕਰੀਏ ਵੀ ਮੇਰਾ ਪੁੱਤ ਹੈ। ਆਂਗਣ ਪੁੱਤ ਗਵਾਂਢਣੀ ਉੜਾਵਾ ਮਾਣਾ, ਇਹ ਝੂਠਾ ਮਾਣ ਹੈ। ਕੌਣ ਜੇਠੇ ਰਾਮਦਾਸ ਨੂੰ ਆਪਣੇ ਗਲ ਦੇ ਨਾਲ ਲਾਵੇ, ਇਹਨੇ ਕੁਝ ਬਣ ਜਾਣਾ। ਇਹਦੇ ਬੱਸ ਕੇ ਨਾਨਕੇ ਸਨ। ਬੱਸ ਕੇ ਨਗਰ ਵਿੱਚ ਗੁਰੂ ਅਮਰਦਾਸ ਮਹਾਰਾਜ ਦਾ ਆਗਮਨ ਹੋਇਆ। ਇਸੇ ਨਗਰ ਵਿੱਚ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਪੁੱਤਰੀ ਵਿਆਹੀ ਹੋਈ ਸੀ, ਜਿਹਦੀ ਰਸਨਾ ਤੋਂ ਬਾਣੀ ਸੁਣ ਕੇ ਗੁਰੂ ਅਮਰਦਾਸ ਮੁਗਧ ਹੋ ਕੇ ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿੱਚ ਗਏ ਸਨ। ਇਸ ਨਗਰ ਵਿੱਚ ਹੀ ਭਾਈ ਗੁਰਦਾਸ ਜੀ ਦਾ ਜਨਮ ਹੋਇਆ ਸੀ। ਇਤਿਹਾਸਕ ਨਗਰ ਹੈ, ਇੱਥੇ ਜੇਠੇ ਦੀ ਨਾਨੀ ਰਿਹਾ ਕਰਦੀ ਸੀ। ਉਹਨੂੰ ਪਤਾ ਲੱਗਾ ਪਹਿਲਾਂ ਜਵਾਈ ਤੁਰ ਗਿਆ, ਮੁੜ ਕੇ ਧੀ ਨਹੀਂ ਰਹੀ। ਉਹਨੇ ਆਪਣੇ ਦੋਹਤੇ ਨੂੰ ਕੋਲ ਲਿਆ ਕੇ ਪਾਲਣ ਦਾ ਫੈਸਲਾ ਕਰ ਲਿਆ। ਗੁਜ਼ਾਰਾ ਨਾਨੀ ਦਾ ਵੀ ਬੜਾ ਮਾੜਾ ਸੀ। ਜਦੋਂ ਲਾਹੌਰ ਦੇ ਡੱਬੀ ਬਾਜ਼ਾਰ ਵਿੱਚ ਜੇਠੇ ਰਾਮਦਾਸ ਨੂੰ ਇਕੱਲਿਆਂ ਖੇਡਦਿਆਂ ਵੇਖਿਆ ਨਾ, ਜੋ ਉਹਦੇ ਮਨ ਤੇ ਘਟਨਾ ਵਾਪਰੀ ਉਹਨੂੰ ਬਿਆਨ ਕਰਨਾ ਤੇ ਬੜਾ ਔਖਾ ਹੈ। ਆਪਣੇ ਜਵਾਈ ਦੇ ਘਰ ਦੇ ਦਰਵਾਜ਼ੇ ਨੂੰ ਜਿੰਦਰਾ ਮਾਰ ਕੇ ਚਾਬੀ ਲੈਣ ਵਾਲਾ ਵੀ ਕੋਈ ਨਹੀਂ, ਸਭ ਨੇ ਬਾਈ ਕਾਰ ਕਰ ਰੱਖਿਆ। ਇਹਨੇ ਕੁਝ ਬਣ ਜਾਣਾ ਤੇ ਰੁੜ ਕੇ ਮਰ ਜਾਏਗਾ। ਨਾਨੀ ਕੋਈ ਕਿਹੜੀ ਰੋਟੀ ਚੜੀ ਨੂੰ ਦੇਵੇਗੀ। ਬੜੇ ਭਰੇ ਮਨ ਦੇ ਨਾਲ ਉਹ ਜੇਠੇ ਨੂੰ ਬੱਸ ਕੇ ਨਗਰ ਲੈ ਕੇ ਆਈ। ਇੱਥੇ ਕੁੜੀਆਂ ਉਬਾਲ ਕੇ ਦੇਣੀਆਂ, ਜੇਠੇ ਨੇ ਵੇਚਣ ਜਾਣਾ। ਉਹਦੇ ਨਾਲ ਘਰ ਦਾ ਗੁਜ਼ਾਰਾ ਚੱਲਦਾ ਸੀ। ਇੱਕ ਦਿਨ ਗੁਰੂ ਅਮਰਦਾਸ ਮਹਾਰਾਜ ਜੇਠੇ ਨੂੰ ਘੂਣੀਆਂ ਵੇਚਦੇ ਵੇਖਿਆ ਤੇ ਉਹਦੀ ਨਾਨੀ ਨੂੰ ਕਹਿਣ ਲੱਗੇ, ਜੇ ਇਹਨੇ ਘੂਣੀਆਂ ਵੇਚ ਕੇ ਗੁਜ਼ਾਰਾ ਕਰਨਾ ਤੇ ਅਸੀਂ ਇੱਕ ਨਵਾਂ ਨਗਰ ਗੋਇੰਦਵਾਲ ਵਸਾਇਆ, ਤੁਸੀਂ ਉੱਥੇ ਆ ਕੇ ਵਸ ਜਾਓ। ਗੁਰੂ ਅਮਰਦਾਸ ਮਹਾਰਾਜ ਦੇ ਬਚਨਾਂ ਤੋਂ ਪ੍ਰੇਰਿਤ ਹੋ ਕੇ ਜੇਠੇ ਦੀ ਨਾਨੀ ਉਹਨੂੰ ਗੋਇੰਦਵਾਲ ਸਾਹਿਬ ਲੈ ਕੇ ਆ ਗਈ। ਇੱਥੇ ਘੂਣੀਆਂ ਉਬਾਲ ਕੇ ਦੇਣੀਆਂ, ਜਿੰਨੀਆਂ ਵਿਕਣੀਆਂ ਵੇਚ ਦੇਣੀਆਂ, ਜਿਹੜੀਆਂ ਬਾਕੀ ਬਚਣੀਆਂ ਨਾ ਉਸੇ ਤਰ੍ਹਾਂ ਹੀ ਸੰਗਤ ਚ ਉਤਾਰ ਦੇਣੀ। ਤੁਹਾਨੂੰ ਦੁਨੀਆਂ ਦਾ ਵੱਡੇ ਤੋਂ ਵੱਡਾ ਬਿਜ਼ਨਸਮੈਨ, ਕਾਰੋਬਾਰੀ, ਕੋਈ ਵਪਾਰੀ ਇਹੋ ਜਿਹਾ ਨਹੀਂ ਹੋਏਗਾ ਜਿਹੜਾ ਸਵੇਰ ਤੋਂ ਸ਼ਾਮ ਤੱਕ ਜਿੰਨਾ ਉਹਦਾ ਸੌਦਾ ਵੇਚਦੇ ਬਾਕੀ ਉਤਰੇ ਲੋਕਾਂ ਨੂੰ ਬਣਦੇ। ਇਹ ਸੇਵਾ ਉਸ ਜੇਠੇ ਰਾਮਦਾਸ ਦੇ ਹਿੱਸੇ ਵਿੱਚ ਆਈ, ਸੇਵਾ ਕਰਦਾ ਰਿਹਾ। ਇੱਕ ਦਿਨ ਗੁਰੂ ਅਮਰਦਾਸ ਮਹਾਰਾਜ ਆਪਣੇ ਮਹਿਲ ਮਾਤਾ ਮਨਸਾ ਦੇਵੀ ਨੂੰ ਪੁੱਛਣ ਲੱਗੇ, ਮਨਸਾ ਦੇਵੀ ਇਹ ਆਪਣੀ ਧੀ ਜਵਾਨ ਹੋਈ ਆ ਤੇ ਤੈਨੂੰ ਜਵਾਈ ਕਿਹੋ ਜਿਹਾ ਚਾਹੀਦਾ।
ਪਾਤਸ਼ਾਹ ਸੋਢੀ ਸੁਲਤਾਨ ਗੁਰੂ ਰਾਮਦਾਸ ਜੇਠੇ ਦੇ ਰੂਹ ਵਿੱਚ ਘੁੰਗਣੀਆਂ ਵੇਚ ਰਹੇ ਸਨ। ਮਨਸਾ ਦੇਵੀ ਨੇ ਆਖਿਆ, ਉਹ ਜਿਹੜਾ ਬੱਚਾ ਘੁੰਗਣੀਆਂ ਵੇਚਣ ਡਿਆ, ਮੈਨੂੰ ਇਹੋ ਜਿਹਾ ਸੋਹਣਾ ਜਵਾਈ ਚਾਹੀਦਾ। ਮਹਾਰਾਜ ਕਹਿਣ ਲੱਗੇ ਵੀ ਇਹਦੇ ਵਰਗਾ ਤੇ ਹੋਈ ਆ, ਇਹਦੇ ਵਰਗਾ ਹੋਰ ਨੀ ਕੋਈ ਨੀ ਹੈਗਾ। ਅੱਜ ਤੁਸੀਂ ਵੇਖ ਲਓ, ਭਾਵੇਂ ਪਿਓ ਪੁੱਤ ਹੋਣ, ਭਾਵੇਂ ਸਕੀਆਂ ਭੈਣਾਂ ਹੋਣ, ਭਾਵੇਂ ਮਾਵਾਂ ਧੀਆਂ ਹੋਣ, ਉਹਨਾਂ ਦੇ ਕੁਝ ਨਾ ਕੁਝ ਤੇ ਨੈਣ ਨਕਸ਼ ਇੱਕ ਦੂਜੇ ਨਾਲ ਜ਼ਰੂਰ ਮੇਲ ਖਾਣਗੇ। ਪਰ ਜਿਹੜਾ ਪੂਰਾ ਹੀ ਇੱਕ ਦੂਜੇ ਨਾਲ ਮਿਲ ਜਾਣਾ, ਇਹ ਕਿਤੇ ਅਜੇ ਤੱਕ ਦੁਨੀਆਂ ਵਿੱਚ ਨਹੀਂ ਹੋਇਆ। ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਕੋਈ ਝੁਠਲਾ ਨਹੀਂ ਸਕਦਾ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਪ੍ਰਮਾਣ ਹੈ। ਮੇਰੇ ਪ੍ਰਭ ਸੱਚ ਹੈ, ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਜਿਹਾ ਉਪਾਇਆ, ਜਿਹਾ ਉਪਾਇਆ। ਮਹਾਰਾਜ ਕਹਿਣ ਲੱਗੇ ਵੀ ਇਹਦੇ ਵਰਗਾ ਤੇ ਹੋਈ ਆ। ਅੱਜ ਲੱਖਾਂ ਬੱਚੇ ਜਨਮ ਲੈਣੇ, ਉਹਨਾਂ ਦੇ ਫਿੰਗਰ, ਉਹਨਾਂ ਦੀ ਤੋਰ, ਉਹਨਾਂ ਦਾ ਬੋਲ ਤੁਹਾਨੂੰ ਅਲੱਗ ਅਲੱਗ ਮਿਲੇਗਾ। ਤੁਸੀਂ ਬੰਦਿਆਂ ਦੀ ਗੱਲ ਤੇ ਛੱਡੋ, ਇੱਕ ਦਰਖਤ ਨੂੰ ਕਿੰਨੇ ਫਲ ਲੱਗੇ ਹੁੰਦੇ ਆ। ਇੱਕ ਫਲ ਦੂਜੇ ਫਲ ਵਰਗਾ ਨਹੀਂ ਗਾ, ਉਹਦੀ ਬਣਤਰ ਵਿੱਚ, ਆਕਾਰ ਵਿੱਚ, ਮਿਠਾਸ ਵਿੱਚ, ਵਜਨ ਵਿੱਚ ਤੁਹਾਨੂੰ ਫਰਕ ਮਿਲੇਗਾ। ਇੱਕ ਪੱਤਾ ਵੀ ਦੂਜੇ ਪੱਤੇ ਨਾਲ ਮੇਲ ਨਹੀਂ ਖਾਂਦਾ। ਮਨਸਾ ਦੇਵੀ ਇਹਦੇ ਚ ਕੀ ਕਮੀ ਆ? ਮਹਾਰਾਜ ਤੇ ਗਰੀਬ ਆ। ਮਹਾਰਾਜ ਕਹਿਣ ਲੱਗੇ, ਤੂੰ ਕੋਹੇ ਨੂਰ ਦਾ ਹੀਰਾ ਲੱਭਣ ਗਏਗੀ ਨਾ, ਤੈਨੂੰ ਕੋਹੇ ਨੂਰ ਦਾ ਹੀਰਾ ਤੇ ਲੱਭ ਜੂਗਾ, ਪਰ ਤੈਨੂੰ ਜੇਠੇ ਵਰਗਾ ਜਵਾਈ ਕਿਤੇ ਨਹੀਂ ਮਿਲਣਾ। ਇਹਦੇ ਵਿੱਚ ਕੀ ਘਾਟ ਆ? ਮਹਾਰਾਜ ਤੇ ਗਰੀਬ ਆ, ਮੁੱਠ ਘੁੰਗਣੀਆਂ ਦੀ ਛਾਪੇ ਚ ਪਾ ਕੇ ਵੇਚ ਕੇ ਗੁਜ਼ਾਰਾ ਕਰਨ ਡਿਆ। ਜੇ ਧੀ ਲਾਲ ਲਾਤੀ ਤੇ ਭੁੱਖੀ ਮਰ ਜੂਗੀ ਸਾਰੀ ਉਮਰ। ਗੁਰੂ ਅਮਰਦਾਸ ਮਹਾਰਾਜ ਮੇਰਾ ਦੇ ਘਰ ਵਿੱਚ ਆਏ ਤੇ ਕਹਿਣ ਲੱਗੇ, ਮਨਸਾ ਦੇਵੀਏ, ਇਸ ਗੱਲ ਦਾ ਫਿਕਰ ਨਾ ਕਰੀ, ਇਹ ਘੁੰਗਣੀਆਂ ਦਾ ਛਾਪਾ ਇੱਕ ਦਿਨ ਸੋਨੇ ਦਾ ਛੱਤਰ ਬਣ ਜਾਏਗਾ। ਸਤਨਾਮ ਸ੍ਰੀ ਵਾਹਿਗੁਰੂ। ਮੌਜ ਮੇ ਜਬ ਆ ਗਏ, ਕਤਰੇ ਸੇ ਦਰਿਆ ਕਰ ਦਿਆ, ਜਿਸ ਪਰ ਪੜੀ ਨਜ਼ਰ ਬੰਦੇ ਸੇ ਮੌਲਾ ਕਰ ਦਿਆ, ਮੌਲਾ ਕਰ ਦਿਆ। ਉਹਦੀਆਂ ਬਖਸ਼ਾਂ ਉਹ ਕਿਹਨੂੰ ਕਿਹਨੂੰ ਵੰਡਦਾ। ਗੁਰੂ ਅਮਰਦਾਸ ਮਹਾਰਾਜ ਦੇ ਬਚਨ ਅਟਲ ਹੋਏ। ਅੱਜ ਹਰਿਮੰਦਰ ਸਾਹਿਬ ਜੀ ਦੇ ਆਪਾਂ ਘਰ ਬੈਠੇ ਹੀ ਦਰਸ਼ਨ ਕਰ ਲੈਂਦੇ ਹਾਂ। ਉਸ ਘੁੰਗਣੀਆਂ ਵੇਚਣ ਵਾਲੇ ਜੇਠੇ ਗੁਰੂ ਰਾਮਦਾਸ ਮਹਾਰਾਜ ਦੀ ਯਾਦ ਨੂੰ ਤਾਜ਼ਾ ਕਰਦਾ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੀ ਪੁੱਤਰੀ ਬੀਬੀ ਭਾਨੀ ਦਾ ਵਿਆਹ ਉਸ ਜੇਠੇ ਰਾਮਦਾਸ ਦੇ ਨਾਲ ਕਰ ਦਿੱਤਾ। ਅੱਜ ਵੀ ਅਸੀਂ ਧੀਆਂ ਵਿਆਹੁਣੇ ਤੇ ਦਾਜ ਦੇ ਕੇ ਵੱਧ ਤੋਂ ਵੱਧ ਅਸੀਂ ਸੁਖੀ ਵਸਾਉਣਾ ਚਾਹੁੰਦੇ ਹਾਂ ਵੀ ਜਿੰਨਾ ਦਾਜ ਵੱਧ ਦੇਵਾਂਗੇ, ਜਿੰਨੀ ਗੱਡੀ ਵੱਡੀ ਦੇਵਾਂਗੇ, ਸੋਨਾ ਜ਼ਿਆਦਾ ਪਾਵਾਂਗੇ, ਸਾਡੀ ਧੀ ਜਿਹੜੀ ਹੈ ਨਾ ਉਹ ਸਹੁਰੇ ਘਰ ਜਾ ਕੇ ਸੁਖੀ ਵਸੇਗੀ। ਪਰ ਗੁਰੂ ਅਮਰਦਾਸ ਮਹਾਰਾਜ ਨੇ ਆਪਣੀ ਧੀ ਨੂੰ ਇੱਕ ਦੁਨੀਆ ਨਾਲੋਂ ਵੱਖਰਾ ਦਾਜ ਦਿੱਤਾ। ਇੱਕ ਕਾਗਜ਼ ਉੱਤੇ ਤਿੰਨ ਭੱਬੇ ਲਿਖ ਕੇ ਦਿੱਤੇ। ਆਖਿਆ, ਬੇਟਾ ਜੇ ਇਹਨਾਂ ਭੱਬਿਆਂ ਤੇ ਅਮਲ ਕਰੇਗੀ ਨਾ ਤੇਰਾ ਜੀਵਨ ਸੁਖਾਲਾ ਰਹੇਗਾ, ਤੈਨੂੰ ਕਦੀ ਕਦੀ ਵਾਹ ਨਹੀਂ ਲੱਗੇਗੀ, ਤੇਰਾ ਜੀਵਨ ਸਦਾ ਹੀ ਚੜ੍ਹਦੀ ਕਲਾ ਵਿੱਚ ਰਹੇਗਾ। ਉਹ ਭੱਬਿਆਂ ਦਾ ਅਰਥ ਕੀ ਸੀ? ਬੇਟਾ ਪਹਿਲਾ ਭੱਬਾ ਤੈਨੂੰ ਸਿੱਖਿਆ ਦੇਵੇਗਾ, ਜੇ ਤੇਰਾ ਪਤੀ ਕੋਈ ਤੈਨੂੰ ਕੰਮ ਦੱਸੇ ਨਾ
ਆਖਣਾ ਪੱਪਾ ਭਲਾ ਜੀ, ਜੋ ਕੰਮ ਦੱਸਿਆ ਆਖਣਾ ਪੱਪਾ ਭਲਾ ਜੀ। ਬੇਟਾ ਜੇ ਤੇਰੇ ਕੋਈ ਜ਼ਿੰਦਗੀ ਵਿੱਚ ਗਲਤੀ ਹੋ ਜੇ ਤੇ ਅੱਗਿਓ ਬੈਸਣਾ ਨਹੀਂ, ਅੱਗਿਓ ਜਿੱਦ ਨਹੀਂ ਕਰਨੀ, ਮੋੜ ਕੇ ਜਵਾਬ ਨਹੀਂ ਉਹਦਾ ਦੇਣਾ, ਆਖਣਾ ਪੱਪਾ ਭੁੱਲੀ ਜੀ। ਜਿਹੜੀ ਬੀਬੀ ਜਿਹੜੀ ਨੂੰ ਆਪਣੀ ਸੱਸ ਨੂੰ ਇਹ ਆਖੇ ਵੀ ਮੇਰੇ ਸੱਤ ਭਰਾ ਜੇ ਮੈਨੂੰ ਬਾਹਰ ਘੜ ਬੋਲੀਓ ਤੇ ਤੇਰੇ ਪਾਸੇ ਬਣਾ ਦੂੰਗੀ, ਉਹ ਨੋ ਕਦੇ ਸੋਹਣਿਆਂ ਕਰ ਸੁਖੀ ਨਹੀਂ ਮਸ। ਗੁਰੂ ਅਮਰਦਾਸ ਜੀ ਨੇ ਸਿੱਖਿਆ ਦਿੱਤੀ, ਬੇਟਾ ਤੇਰੇ ਕੋਈ ਭੁੱਲ ਹੋ ਜੇ ਤੇ ਗਾੜੀ ਬੈਸਣਾ ਨਹੀਂ, ਜਿੱਦਣਾ ਨਹੀਂ, ਆਖਣਾ ਪੱਬਾ ਭੁੱਲੀ ਜੀ ਭੁੱਲੀ ਜੀ। ਬੇਟਾ ਜ਼ਿੰਦਗੀ ਦੁੱਖਾਂ ਸੁੱਖਾਂ ਦਾ ਸੁਮੇਲ ਹੈ, ਜਿੱਥੇ ਸੁੱਖ ਦੀਆਂ ਘੜੀਆਂ ਮਨੁੱਖ ਵਹਿੰਦਾ ਉੱਥੇ ਦੁੱਖ ਦੀਆਂ ਵੀ ਘੇਰਾ ਆਣ ਪਾ ਪੈਂਦੀ। ਵਾਹਿਗੁਰੂ। ਬੇਟਾ ਜੇ ਤੇਰੇ ਘਰ ਵਿੱਚ ਕੋਈ ਦੁੱਖ ਦੀ ਘੜੀ ਆ ਜੇ ਤੇ ਆਖਣਾ ਪੱਬਾ ਭਾਣਾ ਜੀ ਭਾਣਾ ਜੀ, ਪੱਬਾ ਭਲਾ ਜੀ, ਪੱਬਾ ਭੁੱਲੀ ਜੀ, ਪੱਬਾ ਭਾਣਾ ਜੀ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਉਸ ਬੀਬੀ ਭਾਨੀ ਨੇ ਕਮਾਏ, ਅੰਤਰ ਜਾਨੀ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਅੰਤਰ ਧਿਆਨ ਹੋ ਕੇ ਵੇਖਦਾ ਵੀ ਜੇਠੇ ਦੀ ਉਮਰ ਬੜੀ ਥੋੜੀ ਰਹਿ ਗਈ, ਆਖਿਆ ਭਾਨੀਏ ਪੁੱਤ ਭਾਨੀਏ ਜੇ ਤੇਰਾ ਪਤੀ ਚੜ੍ਹਾਈ ਕਰ ਜੇ ਤੇ ਤੂੰ ਕੀ ਕਰੇਗੀ। ਤੇ ਭਾਨੀ ਦਾ ਮਨ ਜਿਹੜਾ ਗੁਰੂ ਦੇ ਬਚਨਾਂ ਵਿੱਚ ਭਿੱਜ ਗਿਆ ਸੀ, ਉਹਨੇ ਆਖਿਆ ਪਿਤਾ ਜੀ ਫਿਰ ਮੈਂ ਉਸ ਪਰਮੇਸ਼ਰ ਦੇ ਭਾਣੇ ਵਿੱਚ ਆਪਣਾ ਜੀਵਨ ਬਤੀਤ ਕਰ ਲੂੰਗਾ। ਗੁਰੂ ਅਮਰਦਾਸ ਫਿਰ ਖੁਸ਼ ਹੋਏ ਤੇ ਆਪਣੀ ਉਮਰ ਮਾਰਨੇ ਰਹਿੰਦੀ ਹੋਈ ਉਸ ਜੇਠੇ ਰਾਮ ਜਪ ਦਾਸ ਨੂੰ ਦਿੱਤੀ। ਗੁਰੂ ਅਮਰਦਾਸ ਮਹਾਰਾਜ ਦਾ ਜਵਾਈ ਜੇਠਾ ਬਣ ਗਿਆ, ਤੇ ਇਹ ਨਹੀਂ ਵੀ ਹੁਣ ਮੈਂ ਜਵਾਈ ਬਣ ਗਿਆ ਤੇ ਹੁਣ ਮੈਂ ਪੜ੍ਹਾਂਗਾ ਤੇ ਚੜ੍ਹ ਕੇ ਬਹਿ ਜਾਣਾ। ਉਸੇ ਤਰ੍ਹਾਂ ਗੁਰੂ ਘਰ ਦੀ ਸੇਵਾ ਕਰਦਾ ਰਿਹਾ, ਭਾਂਡੇ ਮਾਂਜਦਾ ਰਿਹਾ, ਜੋੜੇ ਝਾੜਦਾ ਰਿਹਾ, ਟੋਕਰੀ ਢੋਂਦਾ ਰਿਹਾ। ਇੱਕ ਦਿਨ ਜੇਠੇ ਦੇ ਤਾਏ ਤੇ ਚਾਚੇ ਉਹਨਾਂ ਹਰਿਦੁਆਰ ਦੀ ਯਾਤਰਾ ਜਾਣਾ ਸੀ, ਜਦੋਂ ਤੇ ਯਤੀਮ ਹੋ ਗਿਆ ਉਦੋਂ ਤੇ ਕਿਸੇ ਨੇ ਗੱਲ ਨਾ ਲਾਇਆ ਨਾ, ਅੱਜ ਇਹਨਾਂ ਨੂੰ ਪਤਾ ਲੱਗ ਗਿਆ ਵੀ ਸਾਡਾ ਭਤੀਜਾ ਗੁਰੂ ਘਰਦਿਆਂ ਦਾ ਜਵਾਈ ਬਣ ਗਿਆ ਤੇ ਤੌਰਨਾ ਪੜ੍ਹਾਂਗੇ ਤੇ ਚੜ੍ਹ ਕੇ ਬੈਠਾ ਹੋਣਾ, ਸੇਵਾਦਾਰਾਂ ਦੀ ਸੇਵਾ ਵਿੱਚ ਤਤਪਰ ਤਿਆਰ ਹੋਣੇ ਆ, ਨਾਲੇ ਤੇ ਉੱਥੇ ਰਾਤ ਕੱਢਾਂਗੇ, ਜੇਠੇ ਦੇ ਕੋਲ ਦੇ ਨਾਲ ਚੰਗਾ ਚੋਖਾ ਛਕਾਂਗੇ। ਇਹ ਸਾਰੇ ਜੇਠੇ ਦੇ ਤਾਏ ਤੇ ਚਾਚੇ ਲਾਹੌਰ ਤੋਂ ਸ੍ਰੀ ਗੋਇੰਦਵਾਲ ਸਾਹਿਬ ਆਏ ਆ। ਜਦੋਂ ਉਸ ਜੇਠੇ ਰਾਮਦਾਸ ਨੂੰ ਲੰਗਰ ਵਰਤਾਉਂਦਿਆਂ ਵੇਖਿਆ, ਜਦੋਂ ਟੋਕਰੀ ਢੋਂਦਿਆਂ ਵੇਖਿਆ, ਅੱਗ ਲੱਗ ਗਈ ਜੇਠੇ ਦੇ ਤਾਇਆਂ ਤੇ ਚਾਚਿਆਂ ਨੂੰ, ਮੈਂ ਆਖਿਆ ਕੀ ਹੋ ਗਿਆ, ਜੇ ਲਾਹੌਰੀਆਂ ਦਾ ਮੁੰਡਾ ਯਤੀਮ ਹੋ ਗਿਆ ਸੀ ਉੱਥੇ ਤਾਇਆਂ ਚਾਚਿਆਂ ਦੇ ਕੋਲੋਂ ਮੰਗ ਕੇ ਰੋਟੀਆਂ ਖਾ ਲੈਂਦਾ, ਉਹ ਇੱਥੇ ਸਹੁਰਿਆਂ ਦੇ ਘਰ ਕਮੀਆਂ ਵਰਗੇ ਕੰਮ ਕਰਕੇ ਸਾਡਾ ਨਕਦ ਨਾ ਵਢਾਉਂਦਾ। ਬੜਾ ਵਾਧ ਘਾਟ ਬੋਲੀ ਜਾ ਰਿਹਾ। ਇੱਕ ਸੇਵਾਦਾਰ ਨੇ ਜਾ ਕੇ ਦੱਸਿਆ, ਮਹਾਰਾਜ ਬਾਹਰ ਕੋਈ ਉਭੜ ਜੇ ਬੰਦੇ ਆਏ ਤੇ ਬੜਾ ਵਾਧ ਘਾਟ ਬੋਲੀ ਜਾ ਰਿਹਾ, ਮਿੱਠਾ ਬੋਲਣੇ ਤੇ ਜੱਗ ਖੁਸ਼ ਹੁੰਦਾ, ਕੌੜਾ ਕੌੜਾ ਬੋਲਿਆ ਕਿਸੇ ਦਾ ਚਰੇ ਕੋਈ ਕੋਈ ਕੋਈ, ਕਿਸੇ ਦੇ ਕੌੜੇ ਬੋਲਾਂ ਨੂੰ ਚੜ ਜਾਣਾ, ਇਹ ਵੱਡੇ ਜਿਗਰੇ ਦੀ ਗੱਲ ਹੈ। ਸੱਚ ਹੈ। ਉਹ ਗੁਰੂ ਰਾਮਦਾਸ ਗੁਰੂ ਅਮਰਦਾਸ ਮਹਾਰਾਜ ਵਾਹਿਗੁਰੂ ਸਿੰਘੋ, ਜਿਨ੍ਹਾਂ ਵਿੱਚ ਧਰਤੀ ਵਰਗਾ ਧੀਰ ਸੀ, ਧਰਤੀ ਵਰਗ ਜਦੋਂ ਗੁਰਦਾ ਗੱਦੀ ਤੇ ਬੈਠੇ ਸੀ ਤੇ ਗੁਰੂ ਅੰਗਦ ਸਾਹਿਬ ਦੇ ਪੁੱਤਰ ਦਾਦੂ ਤੇ ਦਾਸੂ ਉਹਨਾਂ ਨੇ ਈਰਖਾ ਹੋ ਕੇ ਵਸ ਹੋ ਕੇ ਤੇ ਲੱਤ ਮਾਰੀ ਸੀ ਗੁਰੂ ਅਮਰਦਾਸ ਜੀ ਵਾਹਿਗੁਰੂ ਤੇ ਚੰਨ ਫੜ ਕੇ ਕਹਿਣ ਲੱਗੇ ਦਾਦੂ ਦੇ, ਕਹਿਣ ਲੱਗੇ ਮੇਰੇ ਗੁਰੂ ਦੇ ਪੁੱਤਰ ਦੇ ਪੈਰ ਬੜੇ ਖੂਲੇ, ਮੇਰੀਆਂ ਹੱਡੀਆਂ ਬੜੀਆਂ ਸਖਤ ਆ ਤੇ ਸੱਟ ਨਹੀਂ ਲੱਗੀ,
ਇੰਨੀ ਨਿਮਰਤਾ ਵਾਲੇ ਸੀ ਗੁਰੂ ਅਮਰਦਾਸ ਮਹਾਰਾਜ। ਵਾਹਿਗੁਰੂ। ਕਹਿਣ ਲੱਗੇ ਮੇਰੇ ਜਿਨ੍ਹਾਂ ਵਿੱਚ ਧਰਤੀ ਵਰਗਾ ਧੀਰ ਸੀ, ਆਖਿਆ ਮੇਰੇ ਜਵਾਕਰੇ ਦੇ ਤਾਇਓ ਤੇ ਚਾਚਿਓ, ਓ ਜਿਨ੍ਹਾਂ ਰਾਹਾਂ ਤੋਂ ਤੁਸੀਂ ਲੰਘ ਕੇ ਆਏ ਜੇ, ਮੈਂ ਉਹਨਾਂ ਤੋਂ ਬਲਿਹਾਰ ਜਾਣਾ। ਓ ਜਿਹਨੂੰ ਤੁਸੀਂ ਨਥਾਵਾਂ ਹੁੰਦੇ ਜੇ, ਇੱਕ ਦਿਨ ਨਥਾਵਿਆਂ ਦਾ ਥਾਂ ਬਣੇਗਾ। ਇਹਦੇ ਦਰ ਤੇ ਵੱਡੀਆਂ ਵੱਡੀਆਂ ਬਾਦਸ਼ਾਹੀਆਂ ਆ ਕੇ ਝੁਕਣਗੀਆਂ। ਸੱਚ ਹੈ। ਉਹ ਗੁਰੂ ਅਮਰਦਾਸ ਜੀ ਉਹ ਵੀ ਬਚਨ ਅਟਲ ਹੋਏ। ਤੁਸੀਂ ਵੇਖਿਆ ਹੋਣਾ ਪਿੱਛੇ ਕੈਨੇਡਾ ਦਾ ਪ੍ਰਧਾਨ ਮੰਤਰੀ ਟਰੂਡੋ, ਜਿਹਨੇ ਆ ਕੇ ਲੰਗਰ ਵੀ ਪਕਾਇਆ, ਲੰਗਰ ਵਰਤਾਇਆ ਵੀ, ਔਰ ਸੇਵਾ ਵੀ ਭਾਂਡਿਆਂ ਦੀ ਕੀਤੀ। ਮਹਾਰਾਜ ਕਹਿਣ ਲੱਗੇ ਇਹਦੇ ਦਰ ਤੇ ਆ ਕੇ ਵੱਡੀਆਂ ਵੱਡੀਆਂ ਬਾਦਸ਼ਾਹੀਆਂ ਝੁਕਣਗੀਆਂ। ਜਿਹੜੀ ਇਹਦੇ ਸਿਰ ਤੇ ਟੋਕਰੀ ਤੁਸੀਂ ਵੇਖ ਰਹੇ ਜੀ ਨਾ, ਇਹ ਟੋਕਰੀ ਨਹੀਂ, ਇਹਦੇ ਸੀਸ ਉੱਤੇ ਖੁਦਾਈ ਦਾ ਤਾਜ ਹੈ। ਵਾਹ ਵਾਹ। ਜਿਹੜੀ ਇਹਦੇ ਹੱਥ ਵਿੱਚ ਦਾਲ ਦੀ ਬਾਲਟੀ ਫੜੀ ਹੋਈ ਹੈ ਨਾ, ਇਹਦੇ ਹੱਥ ਵਿੱਚ ਸਾਰੀ ਦੁਨੀਆਂ ਦਾ ਰਿਜ਼ਕ ਫੜਿਆ ਹੋਇਆ, ਸਾਰੀ ਦੁਨੀਆਂ ਦਾ। ਗੁਰੂ ਕੇ ਸਿੱਖੋ, ਤੁਹਾਨੂੰ ਦੁਨੀਆਂ ਚ ਬੜੇ ਬੜੇ ਅਮੀਰ ਸ਼ਹਿਰ ਮਿਲਣਗੇ, ਉੱਥੇ ਵੀ ਕੋਈ ਗਰੀਬ ਭੁੱਖਾ ਸੌਂਦਾ ਹੋਏਗਾ। ਕੇਵਲ ਤੇ ਕੇਵਲ ਇੱਕੋ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਹੈ, ਜਿੱਥੇ ਕੋਈ ਕਦੇ ਕੰਗਾਲ ਤੋਂ ਕੰਗਾਲ ਬੰਦਾ ਵੀ ਭੁੱਖਾ ਨਹੀਂ ਸੌਂਦਾ। 24 ਘੰਟੇ ਨਿਰੰਤਰ ਗੁਰਬਾਣੀ ਦਾ ਜਾਪ ਤੇ 24 ਘੰਟੇ ਲੰਗਰ ਜਦੋਂ ਤੁਸੀਂ ਜਾਓ, ਗੋਲੀਆਂ ਮਰਦੀਆਂ ਵਿੱਚ ਵੀ ਉੱਥੇ ਗੁਰਬਾਣੀ ਦਾ ਜਾਪ ਉਸੇ ਤਰ੍ਹਾਂ ਨਿਰੰਤਰ ਜਾਰੀ ਰਿਹਾ। ਸੱਚ ਹੈ। ਗੁਰੂ ਅਮਰਦਾਸ ਮਾਨ ਨੇ ਹੁਕਮ ਕੀਤਾ ਕਿ ਤੁਸੀਂ ਅੰਮ੍ਰਿਤਸਰ ਸ਼ਹਿਰ ਜਾ ਕੇ ਵਸਾਓ। ਤੁੰਗ ਪਿੰਡ ਦੇ ਜ਼ਿਮੀਂਦਾਰ ਦੇ ਕੋਲੋਂ 700 ਰੁਪਏ ਚ 500 ਵਿਘਾ ਜ਼ਮੀਨ ਖਰੀਦ ਕੇ ਇੱਥੇ ਸਰੋਵਰ ਦਾ ਟੱਪ ਲਾਇਆ। ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਦੀ ਮਹਿਮਾ ਜਿਹੜੀ ਆ ਉਹ ਕਹਿਣ ਤੇ ਕਥਨ ਤੋਂ ਬਾਰੀ ਹੈ। ਗੁਰੂ ਪੰਚਮ ਪਾਤਸ਼ਾਹ ਮਹਾਰਾਜ ਕਹਿੰਦੇ ਹਨ, ਡਿੱਠੇ ਸਭੇ ਥਾਮ ਨਹੀਂ ਨਹੀਂ ਤੁਧ ਜਿਹਾ ਬੱਧੋ ਬੱਧੋ ਪੁਰਖ ਬਦਾਤੇ ਤਾ ਤੂੰ ਤਾ ਤੂੰ ਸੋਇਆ ਸੁਤੋ ਰਾਮਦਾਸ ਰਾਮਦਾਸ ਸਰੋਵਰ ਮੀਕਾ ਜੋ ਨਾਵੇ ਸੋ ਕੁਲ ਤਰਾਵੇ ਉਦਾਰ ਉਦਾਰ ਹੋਆ ਹੈ ਜੀ ਕਾ। ਆਪ ਸਾਰੇ ਇਹ ਇਤਿਹਾਸ ਤੇ ਸੁਣਦੇ ਜੇ ਵੀ ਉੱਥੇ ਕਾਲੇ ਕਾਲ ਉਹ ਛੱਪੜੀ ਵਿੱਚੋਂ ਨਹਾ ਕੇ ਅੰਸ ਬਣ ਗਏ ਸੀ ਤੇ ਕੋੜੇ ਦਾ ਕੋੜ ਦੂਰ ਹੋ ਗਿਆ ਸੀ। ਆਪਾਂ ਚਾਹ ਸਾਰੇ ਸੁਣਦੇ ਹਾਂ, ਸਿੰਘੋ ਅੱਜ ਨੀ ਹੁੰਦਾ, ਅੱਜ ਵੀ ਉਸੇ ਤਰ੍ਹਾਂ ਉੱਥੇ ਦੁੱਖ ਕੱਟੇ ਜਾਂਦੇ ਆ। ਜੇ ਕੋਈ ਛਰਦਾ ਧਾਰ ਕੇ ਜਾਵੇ ਤੂੰ, ਇੱਕ ਅਜਨਾਲੇ ਪਿੰਡ ਦੇ ਰਹਿਣ ਵਾਲੀ ਬੀਬੀ ਸੀ ਜਿਹਨੂੰ ਕੈਂਸਰ ਦਾ ਭਿਆਨਕ ਰੋਗ ਹੋ ਗਿਆ ਤੇ ਘਰਦਿਆਂ ਨੇ 25 ਲੱਖ ਰੁਪਇਆ ਉਸ ਬੀਬੀ ਤੇ ਖਰਚ ਕੀਤਾ, 25 ਲੱਖ ਤੇ ਡਾਕਟਰਾਂ ਨੇ ਆਖਿਆ ਇਹਦੇ ਸਾਰੇ ਸਰੀਰ ਵਿੱਚ ਕੈਂਸਰ ਫੈਲ ਗਈ ਆ, ਇਹਨੇ ਹੁਣ ਬਚਣਾ ਨਹੀਂ ਗਾ, ਜਿੰਨੇ ਕਿ ਇਹਦੇ ਸਵਾਸ ਆ ਤੁਸੀਂ ਉਚੜੋ ਨਾ ਇਹਨੇ, ਇਹਨੂੰ ਘਰ ਲੈ ਜਾਓ ਤੇ ਇਹਦੀ ਸੇਵਾ ਕਰੋ ਜਾ ਕੇ। ਉਹ ਘਰਦਿਆਂ ਆਖਿਆ ਵੀ ਮਰਦੇ ਨੇ ਜਾਣਾ ਹੀ, ਚੱਲ ਜਾਂਦੇ ਜਾਂਦੇ ਇਹਨੂੰ ਗੁਰੂ ਰਾਮਦਾਸ ਮਹਾਰਾਜ ਦੇ ਸਰੋਵਰ ਚ ਇਸ਼ਨਾਨ ਕਰਾ ਦੀਏ, ਇਹਨੂੰ ਦਰਸ਼ਨ ਕਰਾ ਦੀਏ। ਘਰ ਵਾਲੇ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਆ ਗਏ। ਇਹ ਗਿਆਨੀ ਪੂਰਨ ਸਿੰਘ ਜੀ ਹੈਡ ਗ੍ਰੰਥੀ ਸਾਹਿਬਾਨ, ਉਹਨਾਂ ਦੇ ਮਖਾਰ ਬਿੰਦ ਵਿੱਚੋਂ ਸੋਹਣੀ ਘਟਨਾ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਕਹਿੰਦੇ ਮੈਨੂੰ ਕਹਿਣ ਲੱਗੇ ਵੀ ਇਸ ਬੀਬੀ ਨੂੰ ਕੈਂਸਰ ਦਾ ਰੋਗ ਹੋ ਗਿਆ ਤੇ ਤੁਸੀਂ ਗੁਰੂ ਕੇ ਗ੍ਰੰਥੀ ਜੇ ਤੁਸੀਂ ਅਰਦਾਸ ਕਰੋ, ਗੁਰੂ ਭਲ
ਭਲੀ ਕਰੇ। ਆਂਦਾ ਦਾਸ ਨੇ ਅਰਦਾਸ ਕੀਤੀ, ਧੰਨ ਗੁਰੂ ਰਾਮਦਾਸ ਮਹਾਰਾਜ, ਤੇਰੇ ਦਰ ਤੇ ਕੋੜਿਆਂ ਦਾ ਕੋੜ ਦੂਰ ਹੋ ਜਾਂਦਾ, ਕਾਲੇ ਕਾਂ ਇੱਥੇ ਹੰਸ ਬਣ ਗਏ। ਵੱਡੇ ਵੱਡੇ ਭਿਆਨਕ ਰੋਗਾਂ ਨੂੰ ਤੁਸੀਂ ਮਹਾਰਾਜ ਕੱਟ ਕੇ ਰੱਖਦੇ ਦੇ, ਇਹ ਬੀਬੀ ਉੱਤੇ ਵੀ ਕਿਰਪਾ ਕਰ ਦਿਓ। ਆਂਦਾ ਮੈਂ ਉਹਨਾਂ ਨੂੰ ਹਦਾਇਤ ਕੀਤੀ ਕਿ ਪੂਰੇ 40 ਦਿਨ ਤੁਸੀਂ ਦੁੱਖ ਭੰਜਣੀ ਬੇਰੀ ਥੱਲੇ ਇਸ ਬੀਬੀ ਦਾ ਇਸ਼ਨਾਨ ਕਰਾਉਣਾ। ਤੇ ਗਿਆਨੀ ਪੂਰਨ ਸਿੰਘ ਜੀ ਆਪ ਹੀ ਹਰ ਰੋਜ਼ ਦੁੱਖ ਭੰਜਣੀ ਬੇਰੀ ਥੱਲੇ ਇਸ਼ਨਾਨ ਕਰਿਆ ਕਰਦੇ ਸੀ। ਤੁਸੀਂ ਆ ਟੀਵੀ 'ਤੇ ਉਹਨਾਂ ਨੂੰ ਵੇਖਦੇ ਜਦੋਂ ਉਹ ਜਾਂਦੇ ਸੀ ਨਾ, ਉਹਨਾਂ ਦਾ ਬੁੱਕ ਪੂਰਾ ਰੁਪਈਆਂ ਨਾਲ ਭਰਿਆ ਹੁੰਦਾ ਸੀ। ਉਹ ਸਾਰੇ ਅਰਦਾਸ ਦੇ ਪੈਸੇ ਸੀ ਜਿਹਨਾਂ ਦੀਆਂ ਪੂਰੀਆਂ ਹੋ ਜਾਂਦੀਆਂ। ਆਂਦੇ ਉਹ ਮੈਂ ਬਚਨ ਮੰਗ ਲਿਆ ਤੇ ਦੁੱਖ ਭੰਜਣੀ ਬੇਰੀ ਥੱਲੇ ਅਜੇ 15 ਦਿਨ ਇਸ਼ਨਾਨ ਉਸ ਬੀਬੀ ਨੂੰ ਕਰਾਇਆ ਸੀ। 15 ਦਿਨ ਜਿਹੜੀ ਬੀਬੀ ਦੇ ਅੰਦਰ ਪਾਣੀ ਦੀ ਘੁੱਟ ਨਹੀਂ ਸੀ ਭੱਜਦੀ, ਜਿਹਨੂੰ ਸਰਾਣਿਆਂ ਦੀ ਢੋ ਦੇ ਕੇ ਬਿਠਾਉਣਾ ਪੈਂਦਾ ਸੀ, ਉਹ ਬੀਬੀ ਸਰੋਵਰ ਦੀਆਂ ਪਰਿਕਰਮਾ ਕਰਨ ਲੱਗ ਪਈ। ਆਖੋ ਸਤਨਾਮ ਸ੍ਰੀ ਵਾਹਿਗੁਰੂ ਸੋ ਨਿਹਾਲ ਸਤਿ ਸ੍ਰੀ ਅਕਾਲ। ਉਹਦੇ ਘਰ ਵਾਲੇ ਦੀ ਦਾੜੀ ਕੱਟੀ ਹੋਈ ਸੀ ਤੇ ਬੱਚੇ ਦਾ ਸਿਰ ਮੁੰਨਿਆ ਸੀ। ਗਿਆਨੀ ਜਾਂਦਾ ਮੈਂ ਆਖਿਆ ਵੀ ਤੈਨੂੰ ਤੇਰੇ ਘਰ ਵਾਲੀ ਮਿਲ ਗਈ ਆ, ਬੱਚੇ ਨੂੰ ਬੱਚੇ ਦੀ ਮਾਂ ਮਿਲ ਗਈ ਆ, ਅੱਜ ਤੋਂ ਬਾਅਦ ਗੁਰੂ ਦੀ ਸਿੱਖੀ ਨੂੰ ਤਲਾਇਲੀ ਨਹੀਂ ਦੇਣੀ। ਫਿਰ ਉਹ ਦੋਵੇਂ ਪਿਓ ਪੁੱਤ ਸਿੱਖ ਵੀ ਬਣੇ, ਗੁਰੂ ਕੇ ਸਿੱਖੋ। ਬੜੀਆਂ ਘਟਨਾਵਾਂ ਕਿੰਨੀਆਂ ਕੁ ਤੁਹਾਨੂੰ ਮੈਂ ਗਿਣਾ ਸਕਦਾ, ਕਿਉਂਕਿ ਮੈਂ ਜਦੋਂ ਮੇਰਾ ਅੰਮ੍ਰਿਤਸਰ ਇਲਾਕੇ ਵਿੱਚ ਦਿਵਾਨ ਹੋਏ ਨਾ, ਤੇ ਅਸੀਂ 3 ਪਹਿਰੇ ਦੀ ਸੇਵਾ ਤੇ ਜਾਂਦੇ ਸੀ। ਉਸ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ, ਉਹ ਜਿਹੜੇ ਅੰਦਰ 3 ਪਹਿਰੇ ਦੀ ਸੇਵਾ ਕਰਦੇ ਉਹ ਮੈਨੂੰ ਸਿੱਧਾ ਦੱਸਦੇ ਆ ਵੀ ਇੱਥੇ ਕਿੰਨੀਆਂ ਕੁ ਬਖਸ਼ਾਂ ਵਰਦੀਆਂ, ਉਹਨਾਂ ਦੀ ਕੋਈ ਗਿਣਤੀ ਨਹੀਂ ਕਰ ਸਕਦਾ। ਉਹ ਗੁਰੂ ਰਾਮਦਾਸ ਦਾ ਦੁਆਰਾ ਜਿਹਦੇ 4 ਦਰਵਾਜ਼ੇ 4 ਵਰਨਾ ਵਾਸਤੇ ਸਾਂਝੇ ਆ, ਊਚ ਆਵੇ, ਨੀਚ ਆਵੇ, ਧਰਮੀ ਆਵੇ, ਬੋਧੀ ਆਵੇ, ਜੈਨੀ ਆਵੇ, ਕਿਸੇ ਨੂੰ ਕੋਈ ਮਨਾਹੀ ਨਹੀਂ। ਜਦੋਂ ਗੁਰੂ ਕਾ ਸਿੱਖ ਹਲਕੀ ਪੌੜੀ ਤੋਂ ਚੁਣਾ ਲੈਂਦਾ, ਉਹ ਜਾਤ ਪਾਤ ਦੇ ਬੰਧਨਾਂ ਤੋਂ ਮੁਕਤ ਹੋ ਜਾਂਦਾ। ਇੱਥੇ ਸਰੋਵਰ ਵਿੱਚ ਨਹਾ ਕੇ ਕਈ ਸਰੀਰਾਂ ਦੇ ਕਸ਼ਟ ਕੱਟੇ ਜਾਂਦੇ ਆ, ਗੁਰੂ ਕੀ ਬਾਣੀ ਸੁਣ ਕੇ ਕਈ ਜਨਮਾਂ ਦੀ ਮੈਲ ਉਤਰ ਜਾਂਦੀ ਆ। ਜੇ ਕੋਈ ਇਹਦੇ ਵੱਲ ਗਹਿਰੀ ਅੱਖ ਰੱਖੇ ਵੇਖੇ, ਭਾਵੇਂ ਤੇ ਉਹ ਬਦਾਲੀ ਸੀ, ਭਾਵੇਂ ਮੱਸਾਂ ਰੰਗਣ ਸੀ ਤੇ ਭਾਵੇਂ ਉਹ ਇੰਦਰਾ ਸੀ, 153 ਦਿਨਾਂ ਤੋਂ ਵੱਧ ਖਾਲਸੇ ਨੇ ਕਿਸੇ ਨੂੰ ਜੋੜ ਨਹੀਂ ਦਿੱਤਾ। ਸੱਚ ਹੈ